ਭਗਵੰਤ ਮਾਨ ਜੀ ਨੂੰ ਉਹ ਬੰਦੇ ਚੰਗੇ ਨਹੀਂ ਲੱਗਦੇ ਜਿਹੜੇ ਕਿ ਬੋਲਦੇ ਆ, ਜਿਹੜੇ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਜੋ ਗਲਤੀਆਂ ਕਰਦੇ ਪਏ ਆ, ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਨੂੰ ਯਾਦ ਕਰਾਉਂਦੇ ਪਏ ਆ। ਉਹ ਵੀਡੀਓ ਜਿਹੜੀ ਪਾਈ ਸੀ ਮੈਂ, ਉਹਦੇ ਵਿੱਚ CIA ਇੰਚਾਰਜ ਹਰਮਿੰਦਰ ਸਿੰਘ ਇੱਥੇ ਆਉਂਦਾ ਹੈਗਾ ਉਹਨਾਂ ਦੇ ਘਰੇ, ਪਾਲੀ ਜੀ ਦੇ ਘਰੇ, ਤੇ ਉਹਨੂੰ ਇਹ ਵੀ ਨਹੀਂ ਪਤਾ ਸੀਗਾ ਕਿ FIR ਦੇ ਵਿੱਚ ਹੈ ਕੀ, ਉਹ ਇੱਕ IT ਐਕਟ ਦੀ ਧਾਰਾ ਜ਼ਿਕਰ ਕਰਦੇ ਪਏ ਸੀਗੇ। ਪਰ ਜਦੋਂ ਅਸੀਂ ਅੱਜ FIR ਦੇਖੀ ਤਾਂ ਉਹਦੇ ਵਿੱਚ ਧਾਰਮਿਕ ਭਾਵਨਾਵਾਂ ਆਹਤ ਹੋਣ ਲਈ ਜਿਹੜੇ ਸੈਕਸ਼ਨ ਪਾਏ ਹੋਏ ਆ, ਉਹ ਕਹਿੰਦੇ ਵੀ ਮੇਰੀ ਹਿੰਦੂ ਭਾਵਨਾਵਾਂ ਆਹਤ ਹੋ ਗਈਆਂ। ਸਾਰਾ ਇੰਟਰਵਿਊ ਸੁਣ ਲਿਆ, ਸਾਨੂੰ ਤਾਂ ਕੋਈ ਚਾਹਤ ਉਹਨਾਂ ਲਈ ਗੱਲ ਨਹੀਂ ਲੱਗੀ। ਉਲਟਾ ਉਹਨਾਂ ਨੇ ਇਹ ਕਿਹਾ ਹੈਗਾ ਵੀ ਜੇ ਤੁਸੀਂ ਲੀਡਰਸ ਨੂੰ ਹਿੰਦੂ ਜਿਹੜੇ ਦੇਵੀ ਦੇਵਤੇ ਹੈਗੇ ਉਹਨਾਂ ਨਾਲ ਰਲਾਉਂਗੇ ਤਾਂ ਗਲਤ ਹੈ, ਤੇ ਉਹ ਮਿਸਯੂਜ਼ ਹੈਗਾ ਉਸ ਚੀਜ਼ ਦਾ। ਉਲਟ ਕਿਹਾ ਉਹਨਾਂ ਨੇ, ਬੰਦੇ ਆ ਗਏ, ਉਹਨਾਂ ਨੇ CIA ਦੀ ਟੀਮਸ ਬਣਾ ਦਿੱਤੀਆਂ, ਬੰਦੇ ਨੂੰ ਚੱਕਣ ਲਈ ਬਣਾ ਦਿੱਤੀਆਂ, ਪਰ ਉਹਨੂੰ ਧਾਰਾ ਨਹੀਂ ਪਤਾ। ਦੇਖੋ ਜਦੋਂ ਕੋਈ ਕਿਸੇ ਬੰਦੇ ਨੂੰ ਗ੍ਰਿਫਤਾਰ ਕਰਨਾ ਹੈ, ਪੁਲਿਸ ਦਾ ਕੰਮ ਹੁੰਦਾ ਉਹਨੂੰ ਚਾਰਜ ਦੱਸਣਾ ਕੀ ਹੈ, ਕੀ ਉਹਦੇ FIR ਹੋਈ, ਉਹਦੇ ਪਰਿਵਾਰ ਨੂੰ FIR ਦੇਣੀ। ਇਹਨਾਂ ਨੂੰ ਪੂਰੇ 14-15 ਘੰਟੇ ਤੱਕ ਪਰਿਵਾਰ ਨੂੰ ਇਹੀ ਨਹੀਂ ਪਤਾ ਸੀਗਾ ਕਿ ਮਾਲਵਿੰਦਰ ਸਿੰਘ ਮਾਲੀ ਹੈ ਕਿੱਥੇ ਨੇ। ਇਹ ਜੇ ਕਿਹੜਾ ਕੋਈ ਗੈਂਗਸਟਰ ਹੈ ਜਾਂ ਕੋਈ ਮਤਲਬ ਕੋਈ ਅੱਤਵਾਦੀ ਹੈਗਾ ਜਿਹੜਾ ਕੋਈ ਤੁਸੀਂ ਇਸ ਤਰ੍ਹਾਂ ਨਾਲ ਬਿਹੇਵ ਕਰਦੇ ਪਏ ਹੋ, ਵੀ ਉਹ ਉਹੀ CIA ਹੈ ਕਿ ਜਿਹਨੇ ਪਿਛਲੇ 2 ਸਾਲਾਂ ਦੇ ਵਿੱਚ ਜਿੱਥੇ ਇੰਟਰਵਿਊ ਹੋਇਆ ਸੀਗਾ ਗੈਂਗਸਟਰ ਦਾ, ਉੱਥੇ ਕੋਈ ਕਾਰਵਾਈ ਨਹੀਂ ਹੋਈ। ਉਹੀ CIA ਖਰੜ ਵਾਲੀ 7 ਵਜੇ ਤੁਸੀਂ FIR ਦਰਜ ਕੀਤੀ ਹੈ ਤੇ ਤੁਸੀਂ 8:15 ਪਟਿਆਲੇ ਉਹਨੂੰ ਚੱਕਣ ਪਹੁੰਚ ਗਏ। ਜੇ ਇੰਨੀ ਤੇਜ਼ੀ ਪੁਲਿਸ ਹੋਰ ਕੰਮਾਂ ਦੇ ਵਿੱਚ ਕਰੇ ਤਾਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਹ ਕਾਨੂੰਨ ਦੀਆਂ ਧੱਜੀਆਂ ਉੱਡਦੀਆਂ ਨੇ, ਰੋਜ਼ ਗੋਲੀਆਂ ਚੱਲਦੀਆਂ ਨੇ, ਰੋਜ਼ ਜਿਹੜੇ ਗੈਂਗਸਟਰ ਲੋਕਾਂ ਨੂੰ ਧਮਕੀਆਂ ਦਿੰਦੇ ਆ, ਇੰਨਾ ਨਸ਼ਾ ਤਾਂ ਖਤਮ ਨਾ ਹੋ ਜੇ। ਇਹ ਸਿਰਫ ਇੱਕ ਬਜ਼ੁਰਗ ਨੂੰ ਚੱਕਣ ਲਈ ਪੁਲਿਸ ਇੰਨੀ ਤੇਜ਼ੀ ਕਰ ਰਹੀ ਹੈ ਜਿਹੜੀ ਕਿ ਬਹੁਤ ਸ਼ਰਮਨਾਕ ਹੈ। ਇੱਕ FIR ਦਰਜ ਹੁੰਦੀ ਹੈ, ਉਸ ਤੋਂ ਬਾਅਦ ਮਾਲਵਿੰਦਰ ਮਾਲੀ ਦੀ ਗ੍ਰਿਫਤਾਰੀ ਹੁੰਦੀ ਹੈ, ਜਿਸ ਤੋਂ ਬਾਅਦ ਕਿ ਹਰ ਇੱਕ ਵਿਅਕਤੀ ਵੱਲੋਂ ਇਹ ਕਿਹਾ ਗਿਆ ਹੈ ਕਿ ਇਹ ਗ੍ਰਿਫਤਾਰੀ ਸਿਆਸੀ ਹੈ। ਤੇ ਸਾਡੇ ਨਾਲ ਮੌਜੂਦ ਨੇ ਮਾਨਿਕ ਗੋਇਲ ਜੀ, ਇਹਨਾਂ ਨਾਲ ਗੱਲਬਾਤ ਕਰਦੇ ਤੇ ਇਹਨਾਂ ਤੋਂ ਪੂਰੀ ਜਾਣਦੇ ਆ, ਜਾਣਕਾਰੀ ਲੈਂਦੇ ਆ ਕੀ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਸਰ FIR ਪੜ੍ਹੀ ਹੈ, ਜਾਣਕਾਰੀ ਦਿਓ ਕਿ ਸਾਰਾ ਕੀ ਹੈ ਮਾਮਲਾ ਜੀ। ਦੇਖੋ ਕੁਛ ਨਹੀਂ ਹੈ, ਬੇਸਿਕਲੀ ਭਗਵੰਤ ਮਾਨ ਜੀ ਨੂੰ ਉਹ ਬੰਦੇ ਚੰਗੇ ਨਹੀਂ ਲੱਗਦੇ ਜਿਹੜੇ ਕਿ ਬੋਲਦੇ ਆ, ਜਿਹੜੇ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਜੋ ਗਲਤੀਆਂ ਕਰਦੇ ਪਏ ਆ, ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਨੂੰ ਯਾਦ ਕਰਾਉਂਦੇ ਪਏ ਆ, ਤੇ ਜਿਹੜਾ ਇਹ ਮਿਸਯੂਜ਼ ਕਰਦੇ ਪਏ ਹਰ ਇੱਕ ਚੀਜ਼ ਦਾ, ਪੈਸੇ ਦਾ, ਪੁਲਿਸ ਦਾ, ਉਹਦੇ ਬਾਰੇ ਬੋਲਦੇ ਆ ਚੰਗੇ ਨਹੀਂ ਲੱਗਦੇ। ਉਹ FIR ਦੇ ਵਿੱਚ ਕੁਛ ਨਹੀਂ। ਜਦੋਂ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਵੀਡੀਓ ਜਿਹੜੀ ਪਾਈ ਸੀ ਮੈਂ, ਉਹਦੇ ਵਿੱਚ ਜਿਹੜਾ CIA ਇੰਚਾਰਜ ਹਰਮਿੰਦਰ ਸਿੰਘ ਇੱਥੇ ਆਉਂਦਾ ਹੈਗਾ ਉਹਨਾਂ ਦੇ ਘਰੇ, ਮਾਲੀ ਜੀ ਦੇ ਘਰੇ, ਤੇ ਉਹਨੂੰ ਇਹ ਵੀ ਨਹੀਂ ਪਤਾ ਸੀਗਾ ਕਿ FIR ਦੇ ਵਿੱਚ ਹੈ ਕੀ, ਉਹ ਇੱਕ IT ਐਕਟ ਦੀ ਧਾਰਾ ਜ਼ਿਕਰ ਕਰਦੇ ਪਏ ਸੀਗੇ। ਪਰ ਜਦੋਂ ਅਸੀਂ ਅੱਜ FIR ਦੇਖੀ ਤਾਂ ਉਹਦੇ ਵਿੱਚ ਧਾਰਮਿਕ ਭਾਵਨਾਵਾਂ ਆਹਤ ਹੋਣ ਲਈ ਜਿਹੜੇ ਸੈਕਸ਼ਨ ਪਾਏ ਹੋਏ ਆ, ਤੁਸੀਂ ਦੇਖੋ ਕਿ ਬੰਦੇ ਆ ਗਏ, ਉਹਨਾਂ ਨੇ CIA ਦੀ ਟੀਮਸ ਬਣਾ ਦਿੱਤੀਆਂ ਤੇ ਬੰਦੇ ਨੂੰ ਚੱਕਣ ਲਈ ਬਣਾ ਦਿੱਤੀਆਂ, ਪਰ ਉਹਨੂੰ ਧਾਰਾ ਨਹੀਂ ਪਤਾ। ਉਦੋਂ ਬਾਅਦ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਇੱਕ ਤੁਸੀਂ ਬੰਦੇ ਨਾਲ ਗੱਲ ਕਰਨੀ ਹੈ, ਜਿਹੜੇ ਬੰਦੇ ਨੂੰ ਤੁਸੀਂ ਚੱਕਣ ਆਏ ਹੋਗੇ ਉਹਦੇ ਅਧਿਕਾਰ ਕੀ ਨੇ। ਕਹਿੰਦੇ ਜੀ ਤੁਸੀਂ ਅਕਿਊਜ਼ਡ ਹੋ, ਅਸੀਂ ਤੁਹਾਨੂੰ ਦੱਸ ਨਹੀਂ ਸਕਦੇ FIR ਕਾਹਦੀ ਆ। ਮਤਲਬ ਇਹ ਸਿਰਫ ਕੋਈ ਜਿਹੜਾ ਬੋਲਦੇ ਉਹਨਾਂ ਨੂੰ ਚੁੱਪ ਕਰਾਉਣ ਲਈ ਭਗਵੰਤ ਮਾਨ ਜੀ ਨੇ ਨਵਾਂ ਕੰਮ ਫੜਿਆ ਗਾ। ਕੋਈ ਰੂਲ ਨਹੀਂ ਮੰਨਦੇ ਪਏ, ਕੋਈ ਕਾਨੂੰਨ ਨਹੀਂ ਮੰਨਦੇ ਪਏ। ਸਿਰਫ ਇਹ ਹੈ ਕਿ ਸ਼ਾਮ ਨੂੰ 5-6 ਵਜੇ ਤੋਂ ਬਾਅਦ ਇਹਨਾਂ ਨੂੰ ਇਹੋ ਜਿਹੀਆਂ ਕੋਈ ਅੰਦਰੋਂ ਹੀ ਹਲੂਣੇ ਜੇ ਉੱਠਦੇ ਹੈਗੇ ਤੇ ਇਹ ਜਿਹੜੀ ਇਹੋ ਜਿਹੇ ਆਰਡਰ ਇਹ ਲੋਕਾਂ ਨੂੰ ਚੱਕਣ ਦੇ ਦਿੰਦੇ ਆ। ਸਰ ਇਹ ਜਦੋਂ FIR ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਕੋਰਟ ਪੇਸ਼ ਕੀਤਾ ਜਾਂਦਾ ਹੈ, ਤਾਂ ਉਸ ਸਮੇਂ ਤੱਕ ਵੀ ਜੋ FIR ਦੀ ਕਾਪੀ ਕਿਸੇ ਨੂੰ ਨਹੀਂ ਦਿੱਤੀ ਗਈ, ਹਾਲਾਂਕਿ ਪਰਿਵਾਰ ਦੇ ਮੈਂਬਰਾਂ ਨੂੰ ਨਹੀਂ ਦਿੱਤੀ ਗਈ। ਉਸ ਤੋਂ ਲੰਬੇ ਸਮੇਂ ਬਾਅਦ ਜੋ FIR ਦੀ ਕਾਪੀ ਮਿਲੀ ਹੈ, ਸ਼ਾਇਦ ਸ਼ਾਮ ਨੂੰ ਹੀ ਮਿਲੀ ਹੋਗੀ, ਤੇ ਜਿਹੜੀ FIR ਦੀ ਕਾਪੀ ਲੇਟ ਮਿਲਣਾ, ਇਹਨੂੰ ਕੀ ਸਮਝਦੇ ਹੋ? ਦੇਖੋ ਜਦੋਂ ਕੋਈ ਕਿਸੇ ਬੰਦੇ ਨੂੰ ਗ੍ਰਿਫਤਾਰ ਕਰਨਾ ਹੈ, ਪੁਲਿਸ ਦਾ ਕੰਮ ਹੁੰਦਾ ਉਹਨੂੰ ਚਾਰਜ ਦੱਸਣਾ ਕੀ ਹੈ, ਕੀ ਉਹਦੇ FIR ਹੋਈ, ਉਹਦੇ ਪਰਿਵਾਰ ਨੂੰ FIR ਦੇਣੀ। ਇਹਨਾਂ ਨੂੰ ਪੂਰੇ 14-15 ਘੰਟੇ ਤੱਕ ਪਰਿਵਾਰ ਨੂੰ ਇਹੀ ਨਹੀਂ ਪਤਾ ਸੀਗਾ ਕਿ ਮਾਲਵਿੰਦਰ ਸਿੰਘ ਮਾਲੀ ਹੈ ਕਿੱਥੇ ਨੇਗੇ, ਕਿੱਥੇ ਮਾਲਵਿੰਦਰ ਸਿੰਘ ਮਾਲੀ ਨੂੰ ਰੱਖਿਆ ਗਿਆ ਹੈਗਾ, ਕੀ ਇਹਨਾਂ ਤੇ ਚਾਰਜ ਲੱਗਿਆ, ਕਿਹੜੇ ਬੰਦੇ ਨੇ ਕੰਪਲੇਂਟ ਦਿੱਤੀ ਹੈ, ਤੇ ਕੀ FIR ਹੈ। ਜਦੋਂ ਤੱਕ ਉਹ ਅੰਦਰ ਕੋਰਟ ਦੇ ਵਿੱਚ ਪੇਸ਼ ਵੀ ਕਰ ਆਏ, ਬਾਹਰ ਵੀ ਆ ਗਏ ਉਹਦੇ ਪਰਿਵਾਰ ਕੋਲੇ FIR ਦੀ ਕਾਪੀ ਨਹੀਂ ਸੀ। ਤੁਸੀਂ ਦੇਖੋ ਕਿੱਥੋਂ ਦਾ ਕਾਨੂੰਨ ਹੈਗਾ, ਜਦੋਂ ਕਿ FIR ਦੀ ਕਾਪੀ ਤੁਸੀਂ ਜਦੇ ਦੇਣੀ ਹੁੰਦੀ ਹੈ, ਅਪਲੋਡ ਕਰਨੀ ਹੁੰਦੀ ਹੈ। ਇਹ ਤੇ ਕਿਹੜਾ ਕੋਈ ਗੈਂਗਸਟਰ ਹੈ ਜਾਂ ਕੋਈ ਮਤਲਬ ਕੋਈ ਅੱਤਵਾਦੀ ਹੈਗਾ ਜਿਹੜਾ ਕੋਈ ਤੁਸੀਂ ਇਸ ਤਰ੍ਹਾਂ ਨਾਲ ਬਿਹੇਵ ਕਰਦੇ ਪਏ ਹੋ, CIA ਦੇ ਟੀਮਾਂ ਬਣਾ ਕੇ ਮਤਲਬ ਇਸ ਤਰੀਕੇ ਨਾਲ ਘੇਰਾ ਪਾ ਕੇ ਉਹ ਉੱਥੇ ਭੇਜਦੇ ਪਏ ਹੋ। ਇਹ ਉਹੀ CIA ਹੈ ਕਿ ਜਿਹਨੇ ਪਿਛਲੇ 2 ਸਾਲਾਂ ਦੇ ਵਿੱਚ ਜਿੱਥੇ ਇੰਟਰਵਿਊ ਹੋਇਆ ਸੀਗਾ ਗੈਂਗਸਟਰ ਦਾ, ਉੱਥੇ ਕੋਈ ਕਾਰਵਾਈ ਨਹੀਂ ਹੋਈ। ਉਹੀ CIA ਹੈ ਖਰੜ ਵਾਲੀ।
ਉਹਦੇ ਤੁਸੀਂ ਉਹਨੂੰ ਯੂਜ਼ ਕਰਦੇ ਪਏ ਹੋ ਇੱਕ ਬੰਦੇ ਨੂੰ, 7 ਵਜੇ ਤੁਸੀਂ ਐਫ ਆਈ ਆਰ ਦਰਜ ਕੀਤੀ ਹੈ ਤੇ ਤੁਸੀਂ 8:30 ਵਜੇ ਪਟਿਆਲੇ ਉਹਨੂੰ ਚੱਕਣ ਪਹੁੰਚ ਗਏ। ਜੇ ਇੰਨੀ ਤੇਜ਼ੀ ਪੁਲਿਸ ਹੋਰ ਕੰਮਾਂ ਦੇ ਵਿੱਚ ਕਰੇ ਤਾਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਹ ਜਿਹੜਾ ਕਾਨੂੰਨ ਦੀਆਂ ਧੱਜੀਆਂ ਉੱਡਦੀਆਂ ਨੇ, ਰੋਜ਼ ਗੋਲੀਆਂ ਚੱਲਦੀਆਂ ਨੇ, ਰੋਜ਼ ਜਿਹੜੇ ਗੈਂਗਸਟਰ ਲੋਕਾਂ ਨੂੰ ਧਮਕੀਆਂ ਦਿੰਦੇ ਆ, ਇੰਨਾ ਨਸ਼ਾ ਤਾਂ ਖਤਮ ਨਾ ਹੋ ਜੇ। ਇਹ ਸਿਰਫ ਇੱਕ ਬਜ਼ੁਰਗ ਨੂੰ ਚੱਕਣ ਲਈ ਪੁਲਿਸ ਇੰਨੀ ਤੇਜ਼ੀ ਕਰ ਰਹੀ ਹੈ ਜਿਹੜੀ ਕਿ ਬਹੁਤ ਸ਼ਰਮਨਾਕ ਹੈ। ਲੰਬੇ ਸਮੇਂ ਤੋਂ ਬੜੀਆਂ ਚੀਜ਼ਾਂ ਲਈ ਇਨਸਾਫ ਮੰਗੇ ਜਾ ਰਹੇ ਨੇ ਔਰ ਕਿੰਨਾ ਲੰਬਾ ਹੀ ਸਮਾਂ ਲੱਗ ਗਿਆ, ਪਰ ਇੱਕ ਪਾਸੇ ਦੇਖਦੇ ਹਾਂ ਕਿ 1.5 ਘੰਟੇ 'ਚ ਪੂਰੀ ਕਾਰਵਾਈ ਕੰਪਲੀਟ ਹੋ ਜਾਂਦੀ ਹੈ, ਕਿਵੇਂ ਦਾ ਤੁਸੀਂ ਇਸ ਚੀਜ਼ ਨੂੰ ਕੀ ਸਮਝਦੇ ਹੋ ਇੰਨਾ ਜੋ? ਦੇਖੋ ਇਹ ਤੋਂ ਸਾਫ਼ ਪਤਾ ਲੱਗਦਾ ਹੈਗਾ ਪੁਲਿਸ ਵਾਲਿਆਂ ਤੋਂ, ਜਦੋਂ ਵੀ ਪੁੱਛਿਆ ਉਹ ਕਹਿੰਦੇ ਬੜਾ ਹਾਈ ਲੈਵਲ ਕੇਸ ਹੈ, ਉੱਤੋਂ ਆਰਡਰ ਆਇਆ, ਉੱਤੋਂ ਪਤਾ ਹੀ ਅੱਗੇ ਦਾ ਆਰਡਰ ਆਏਗਾ। ਉੱਤੋਂ ਭਗਵੰਤ ਮਾਨ ਜੀ ਦੇ ਲਈ ਤੇ ਕੇਜਰੀਵਾਲ ਜੀ ਲਈ ਮਾਲੀ ਜੀ ਨੇ ਟਿੱਪਣੀਆਂ ਕੀਤੀਆਂ ਸੀਗੀਆਂ ਕਿ ਕਿਸ ਤਰ੍ਹਾਂ ਭਗਵੰਤ ਮਾਨ ਜੀ ਨੂੰ ਖੂੰਜੇ ਲਾ ਕੇ ਰੱਖਿਆ ਜਦੋਂ ਕੇਜਰੀਵਾਲ ਜੀ ਦਾ ਬਾਹਰ ਆ ਕੇ ਭਾਸ਼ਣ ਸੀਗਾ, ਜਾਂ ਉਦੋਂ ਉਹਨਾਂ ਨੇ ਦੱਸਿਆ ਕਿ ਮੈਂ ਅਸਤੀਫਾ ਦਊਂਗਾ, ਉਦੋਂ ਭਗਵੰਤ ਮਾਨ ਜੀ ਨੂੰ ਬਿਲਕੁਲ ਖੂੰਜੇ ਲਾ ਕੇ ਰੱਖਿਆ। ਉਹਨਾਂ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਇੱਕ ਸਟੇਟ ਦੇ ਜਿਹੜੇ ਹੈਗੇ ਮੁੱਖ ਮੰਤਰੀ ਦੀ ਬੇਕਦਰੀ ਕੀਤੀ ਜਾ ਸਕਦੀ ਹੈ। ਨਾਲ ਹੀ ਉਹਨਾਂ ਨੇ ਇੱਕ ਟੀਵੀ ਨੂੰ ਆਡੀਓ ਇੰਟਰਵਿਊ ਫੋਨੋਂ ਦਿੱਤਾ ਜਿਹਦੇ ਵਿੱਚ ਕੁਛ ਵੀ ਗਲਤ ਨਹੀਂ ਸੀ। ਉਹ ਕਹਿੰਦੇ ਵੀ ਜਿਹੜਾ ਕੰਪਲੇਨੈਂਟ ਹੈ ਉਹ ਆਮ ਆਦਮੀ ਪਾਰਟੀ ਦਾ ਹੀ ਅਹੁਦੇਦਾਰ ਹੈ। ਉਹ ਕਹਿੰਦੇ ਵੀ ਮੇਰੀ ਹਿੰਦੂ ਭਾਵਨਾ ਆਹਤ ਹੋ ਗਈ ਹੈ। ਸਾਰਾ ਇੰਟਰਵਿਊ ਸੁਣ ਲਿਆ, ਸਾਨੂੰ ਤਾਂ ਕੋਈ ਚਾਹਤ ਉਹਨਾਂ ਵਾਲੀ ਗੱਲ ਨਹੀਂ ਲੱਗੀ। ਉਲਟਾ ਉਹਨਾਂ ਨੇ ਇਹ ਕਿਹਾ ਹੈਗਾ ਵੀ ਜੇ ਤੁਸੀਂ ਲੀਡਰਸ ਨੂੰ ਹਿੰਦੂ ਜਿਹੜੇ ਦੇਵੀ ਦੇਵਤੇ ਹੈਗੇ ਉਹਨਾਂ ਨਾਲ ਰਲਾਓਗੇ ਤਾਂ ਗਲਤ ਹੈ ਤੇ ਉਹ ਮਿਸਯੂਜ਼ ਹੈਗਾ ਉਸ ਚੀਜ਼ ਦਾ, ਉਲਟ ਕਿਹਾ ਉਹਨਾਂ ਨੇ। ਫਿਰ ਵੀ ਸਿਰਫ ਤੁਸੀਂ ਇੱਕ ਪੱਤਰਕਾਰ ਨੇ ਗੱਲ ਵੀ ਕੀਤੀ ਉਹਦੇ ਨਾਲ, ਬੰਦੇ ਨਾਲ ਅਮਿਤ ਜੈਨ ਹੈ ਜੋ ਇਹਨਾਂ ਗਊ ਕਮਿਸ਼ਨ ਦਾ ਮੈਂਬਰ ਬਣਾਇਆ ਆਮ ਆਦਮੀ ਪਾਰਟੀ ਨੇ, ਉਹਨੂੰ ਇਹ ਵੀ ਨਹੀਂ ਪਤਾ ਸੀ ਕਿ ਜਿਹੜਾ ਹੈਗਾ ਐਫ ਆਈ ਆਰ ਦਾ ਕੰਟੈਂਟ ਕੀ ਹੈ। ਇਹ ਹਨੇਰ ਕਰਦੀ ਹੈ, ਇਹ ਬਿਲਕੁਲ ਮਿਸਯੂਜ਼ ਹੈ ਪਾਵਰਸ ਦਾ, ਇਹ ਜਿਹੜੀ ਬੋਲਣ ਦੀ ਆਜ਼ਾਦੀ ਹੈ ਉਹ 'ਤੇ ਹਮਲਾ ਹੈ। ਉਹੀ ਪਾਰਟੀ ਹੈ ਜਿਹੜੀ ਬੋਲਣ ਦੀ ਆਜ਼ਾਦੀ ਬਾਰੇ, ਜਿਹੜੀ ਗੱਲ ਕਰਦੀ ਸੀਗੀ, ਸਵਾਲ ਪੁੱਛਣ ਦੀ ਆਜ਼ਾਦੀ ਬਾਰੇ ਗੱਲ ਕਰਦੀ ਸੀ, ਅਤੇ ਅੱਜ ਇਹ ਉਹਨਾਂ ਤੋਂ ਸੰਗੀ ਘੁੱਟਦੀ ਪਈ ਹੈ ਜਿਹੜੇ ਬੋਲਦੇ ਨੇ। ਆਖਰੀ ਸਵਾਲ ਹੈ ਮੇਰਾ, ਅੱਜ ਦੇ ਸਮੇਂ ਦੇ ਵਿੱਚ ਜਦੋਂ ਵੀ ਪੁਲਿਸ ਗ੍ਰਿਫਤਾਰ ਕਰਦੀ ਹੈ ਉਸ ਤੋਂ ਪਹਿਲਾਂ ਜੇਕਰ ਬੰਦੇ ਕੋਲ ਲਾਈਵ ਨਹੀਂ ਹੋ ਪਾਉਂਦਾ ਉਹ ਜਾਂ ਕੋਈ ਆਪਣਾ ਵੀਡੀਓ ਪ੍ਰੂਫ ਨਹੀਂ ਦੇ ਪਾਉਂਦਾ, ਇਹ ਜ਼ਰੂਰੀ ਇੰਨਾ ਕਿਉਂ ਹੋ ਗਿਆ ਕਿ ਪਹਿਲਾਂ ਉਹਨੂੰ ਪਤਾ ਲੱਗ ਜਾਏ ਕਿ ਯਾਰ ਮੈਨੂੰ ਇਹ ਚੀਜ਼ ਲੈ ਚੱਲੇ ਨੇ? ਇੰਨਾ ਡਰ ਬੈਠ ਗਿਆ ਹਰੇਕ ਦੇ ਮਨ ਦੇ ਵਿੱਚ ਕਿ ਪੁਲਿਸ ਲੈ ਜਾਏਗੀ ਤਾਂ ਪਤਾ ਨਹੀਂ ਕੀ ਹੋ ਜਾਣਾ। ਇਹ ਚੀਜ਼ਾਂ ਕਿਉਂ ਕਰਨੀਆਂ ਪੈ ਰਹੀਆਂ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਕਿ ਇੰਨਾ ਅਧਿਕਾਰ ਹੈ ਸਾਨੂੰ, ਡੈਮੋਕ੍ਰੇਸੀ ਹੈ ਕਿ ਅਸੀਂ ਕੁਛ ਵੀ ਬੋਲ ਸਕਦੇ ਹਾਂ? ਦੇਖੋ ਜੀ, ਬਹੁਤ ਸਾਰੇ ਕੇਸਾਂ ਦੇ ਵਿੱਚ ਇਹ ਹੋਇਆ ਕਿ ਪੁਲਿਸ ਲੈ ਜਾਂਦੀ ਹੈ, ਕੁੱਟ ਕਟਾਪਾ ਕਰਦੀ ਹੈ ਪੂਰੇ ਪੈਨ ਇੰਡੀਆ ਦੇ ਵਿੱਚ। ਇਹ ਬਹੁਤ ਸਾਰੀਆਂ ਵਧੀਕੀਆਂ ਕਰਦੇ ਨੇ, ਬਹੁਤ ਸਾਰੇ ਜਿਹੜੇ ਵਿੱਚ ਕਾਲੀਆਂ ਭੇਡਾਂ ਨੇ ਪੁਲਿਸ ਦੇ, ਤੇ ਬਹੁਤ ਸਾਰੇ ਜਿਹੜੇ ਲੀਡਰਸ ਦੇ ਇਸ਼ਾਰਿਆਂ ਤੇ ਮਿਸਯੂਜ਼ ਹੁੰਦਾ ਪੁਲਿਸ ਦਾ। ਇਸ ਕਰਕੇ ਤੁਹਾਨੂੰ ਇਹ ਬਹੁਤ ਸਾਰੇ ਜਿਵੇਂ ਹੈਬਸ ਕਾਰਪਸ ਹੈ, ਤੁਹਾਨੂੰ ਜੇ ਕੋਈ ਬੰਦਾ ਨਾ ਪਤਾ ਲੱਗੇ ਤੁਸੀਂ ਪ੍ਰੋਡਿਊਸ ਕਰਨਾ ਹੈ ਨਾ ਪੁਲਿਸ ਨੇ ਉਸ ਤਰੀਕੇ ਦੀ ਚੀਜ਼, ਤੇ ਨਾਲ ਹੀ ਜਿਵੇਂ ਇਹ ਹੈਗਾ ਕਿ ਐਫ ਆਈ ਆਰ ਦੀ ਕਾਪੀ ਦੇਣੀ, ਜੁਰਮ ਦੱਸਣੇ, ਇਹ ਸਾਰਾ ਜ਼ਰੂਰੀ ਹੈ, ਇਹ ਹੱਕ ਨੇ ਉਹਨਾਂ ਦੇ। CIA ਇੰਚਾਰਜ ਉੱਥੇ ਆ ਕੇ ਕਹਿੰਦਾ ਹੈਗਾ ਕਿ ਤੁਸੀਂ ਐਕਿਊਜ਼ਡ ਹੋ, ਤੁਹਾਨੂੰ ਕੋਈ ਹੱਕ ਨਹੀਂ ਹੈ ਜਾਣਨ ਦਾ। ਮਤਲਬ ਇਹਨਾਂ ਨੂੰ ਕਾਨੂੰਨ ਹੀ ਨਹੀਂ ਪਤਾ ਕਿੰਨੇ, ਮੈਨੂੰ ਲੱਗਦਾ 30 ਸਾਲ ਤੋਂ ਉਹਨੇ ਬੰਦੇ ਨੇ 40 ਸਾਲ ਉਹਨੇ ਸਰਵਿਸ ਕਰ ਲਈ ਹੋਣੀ ਹੈ। ਤਾਂ ਸਾਫ਼ ਪਤਾ ਲੱਗਦਾ ਹੈ ਕਿ ਪੁਲਿਸ ਦੇ ਉੱਪਰ ਪੋਲੀਟੀਕਲ ਪ੼ੈਸ਼ਰ ਸੀਗਾ ਬਿਲਕੁਲ ਟੌਪ ਦਾ ਭਗਵੰਤ ਮਾਨ ਜੀ ਦਾ। ਉਹਨਾਂ ਨੇ ਕਿਹਾ ਸੀ ਕਿਵੇਂ ਵੀ ਚੱਕ ਕੇ ਲਓ, ਉਹਨਾਂ ਨੂੰ ਇਹ ਤੱਕ ਨਹੀਂ ਪਤਾ ਸੀਗਾ ਕਿ ਐਫ ਆਈ ਆਰ ਕੀ ਕਰਨੀ ਹੈ। ਉੱਥੇ ਉਹਨਾਂ ਨੇ ITX ਦੱਸਿਆ, ਬਾਅਦ 'ਚ ਹੋਰ ਧਾਰਾਵਾਂ ਲਾਈਆਂ ਅਤੇ ਚੱਕ ਕੇ ਇੱਕ ਬੰਦੇ ਨੂੰ ਘਰੋਂ, ਏਡਾ ਤਾਂ ਕੋਈ ਜੁਰਮ ਹੀ ਨਹੀਂ ਸੀਗਾ ਵੀ, ਨਾਲੇ ਅਰੈਸਟ ਕਦੋਂ ਹੁੰਦੀ ਹੈ ਜਦੋਂ ਬੰਦੇ ਦੀ ਅਰੈਸਟ ਕਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ। ਦਿਨੇ ਤੁਸੀਂ ਪੁੱਛਗਿੱਛ ਕਰ ਸਕਦੇ ਸੀ ਜੇ ਤੁਹਾਡੇ ਕੋਲ ਕੋਈ ਕੰਪਲੇਂਟ ਆਈ ਸੀ, ਰਾਤ ਨੂੰ ਚੱਕ ਕੇ ਅੰਦਰ ਬਿਠਾਉਣਾ ਸੀਗਾ ਅਤੇ ਨਿਆਇਕ ਹਸਤ ਭੇਜਣਾ ਸੀ। ਪਰ ਇਹ ਭੁੱਲ ਗਏ ਕਿ ਇਹ ਜਿਹੜੇ ਮਾਲਵਿੰਦਰ ਮਾਲੀ ਜੀ ਨੇ, ਇਹਨਾਂ ਨੇ ਕੁਛ ਬਹੁਤ ਦੇਖਿਆ ਹੋਇਆ, ਇਹ ਇਹਨਾਂ ਚੀਜ਼ਾਂ ਤੋਂ ਡਰਨ ਵਾਲੇ ਹੈ ਨਹੀਂ ਕਿ ਸਮਕਾ ਦੀ, ਹੋਰ ਇਹ ਉੱਪਰ ਕੇ ਬਾਹਰ ਆਉਣਗੇ ਜੀ। ਥੈਂਕ ਯੂ ਸਰ। ਥੈਂਕ ਯੂ ਜੀ। ਥੈਂਕ ਯੂ।